ਤੁਸੀਂ ਦੇਖ ਰਹੇ ਹੋ ਨਿਗਾਰਾ ਟੀਵੀ ਤੇ ਮੈਂ ਪਵਨ ਬੇਦੀ ਹਾਜ਼ਰ ਹਾਂ ਲੈ ਕੇ ਕਰਵਾ ਚੌਥ ਸਪੈਸ਼ਲ। ਜਿਵੇਂ ਕਿ ਅਸੀਂ ਜਾਣਦੇ ਹਾਂ ਸਾਡੇ ਦੇਸ਼ ਵਿੱਚ ਹਰ ਰੋਜ਼ ਇੱਕ ਤਿਉਹਾਰ ਮਨਾਇਆ ਜਾਂਦਾ ਹੈ, ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਉਸੇ ਤਰ੍ਹਾਂ ਹੀ ਅੱਜ ਦਾ ਦਿਨ ਸੁਹਾਗਣਾ ਦਾ ਦਿਨ ਹੈ, ਕਰਵਾ ਚੌਥ। ਕਰਵਾ ਚੌਥ ਵਾਲੇ ਦਿਨ ਸੁਹਾਗਣਾ ਬਿਨਾਂ ਪਾਣੀ ਤੋਂ ਬਿਨਾਂ ਅਨਾਜ ਤੋਂ ਰਹਿੰਦੀਆਂ ਨੇ। ਉਹ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ, ਪਰ ਇਹ ਵਰਤ ਤਾਂ ਹੀ ਸੰਪੂਰਨ ਸਮਝਿਆ ਜਾਂਦਾ ਹੈ ਜੇ ਇਸ ਦਿਨ ਉਹ ਕਥਾ ਸੁਣਦੀਆਂ ਹਨ। ਪਰ ਇਸ ਪੈਂਡਮਿਕ ਦੇ ਵਿੱਚ ਇਹ ਬਹੁਤ ਹੀ ਮੁਸ਼ਕਿਲ ਹੋ ਗਿਆ ਕਿ ਉਹ ਮੰਦਿਰ ਵਿੱਚ ਜਾ ਕੇ ਜਾਂ ਬਾਹਰ ਆਪਣੇ ਫਰੈਂਡਸ ਦੇ ਘਰ ਜਾ ਕੇ ਕਥਾ ਸੁਣਨ। ਇਸ ਲਈ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਵਰਤ ਨੂੰ ਪੂਰਾ ਕਰਨ ਵਿੱਚ ਅਸੀਂ ਤੁਹਾਡਾ ਨਾਲ ਸਾਥ ਦੇਈਏ। ਅੱਜ ਸਟੂਡੀਓ ਵਿੱਚ ਸਾਡੇ ਨਾਲ ਹਨ ਸੁਮਨ ਸ਼ਰਮਾ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਅਸੀਂ ਕਿਵੇਂ ਮਨਾ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ ਅਤੇ ਨਮਸਤੇ ਸਾਰਿਆਂ ਨੂੰ। ਸਭ ਤੋਂ ਪਹਿਲਾਂ ਕਰਵਾ ਚੌਥ ਦੀ ਅਲੱਗ ਅਲੱਗ ਵਧਾਈਆਂ ਸਾਰੇ ਨਗਾਰਾ ਟੀ ਵੀ ਦੇ ਦਰਸ਼ਕ। ਸੋ ਅੱਜ ਕਰਵਾ ਚੌਥ ਦਾ ਦਿਨ ਹੈ। ਸੋ ਕਰਵਾ ਚੌਥ ਹੁੰਦੀ ਕੱਤੇ ਦੇ ਮਹੀਨੇ ਦੀ ਜਿਹੜੀ ਚੌਥ ਹੁੰਦੀ ਹੈ ਉਹਨੂੰ ਕਰਵਾ ਚੌਥ ਕਹਿੰਦੇ ਨੇ। ਅਤੇ ਤੁਸੀਂ ਕੁਸ਼ਚਨ ਜਿਸ ਤਰ੍ਹਾਂ ਕੀਤਾ ਕਿ ਸਭ ਤੋਂ ਪਹਿਲਾਂ ਇਹਦੀ ਕੀ ਬੈਕਗਰਾਊਂਡ ਕੀ, ਕਿਸ ਤਰ੍ਹਾਂ ਸ਼ੁਰੂ ਹੋਇਆ, ਸੋ ਇਹਦੀ ਕਈ ਕਹਾਣੀਆਂ ਨੇ। ਸੋ ਇੱਕ ਕਹਾਣੀ ਹੈ ਕਿ ਇੱਕ ਵਾਰੀ ਦੇਵਤਾ ਅਤੇ ਦਾਨਵਾਂ ਦੀ ਲੜਾਈ ਹੋ ਰਹੀ ਸੀ। ਸੋ ਉਹਨਾਂ ਵਿੱਚ ਦੇਵਤੇ ਹਾਰਨ ਲੱਗ ਪਏ ਅਤੇ ਉਹ ਬ੍ਰਹਮਾ ਜੀ ਕੋਲ ਗਏ ਕੀ ਕਰੀਏ। ਅਤੇ ਉਹਨਾਂ ਨੇ ਕਿਹਾ ਜੇ ਦੇਵਤਿਆਂ ਦੀ ਪਤਨੀਆਂ ਵਰਤ ਰੱਖਣਗੀਆਂ ਕਰਵਾ ਚੌਥ ਦਾ, ਚੌਥ ਦਾ ਵਰਤ ਰੱਖਣਗੀਆਂ ਅਤੇ ਉਹਨਾਂ ਦੀ ਸ਼ਕਤੀ ਨਾਲ ਦੇਵਤਾ ਜਿੱਤ ਜਾਣਗੇ। ਸੋ ਦੇਵਤਿਆਂ ਦੀ ਪਤਨੀਆਂ ਨੇ ਵਰਤ ਰੱਖਿਆ, ਉਹਦੇ ਕਰਕੇ ਦੇਵਤਿਆਂ ਦੀ ਜਿੱਤ ਹੋ ਗਈ। ਉਸ ਵੇਲੇ ਦੀ ਇਹ ਕਰਵਾ ਚੌਥ ਦੀ ਚੱਲ ਰਹੀ ਹੈ। ਇੱਕ ਕਹਾਣੀ ਹੋਰ ਵੀ ਹੈ ਕਿ ਕਿਸ਼ਨ ਭਗਵਾਨ ਜੀ ਨੇ ਦ੍ਰੌਪਦੀ ਨੂੰ ਕਿਹਾ ਕਿ ਤੂੰ ਵਰਤ ਰੱਖ ਤੇਰੇ ਕਰਕੇ, ਤੇਰੀ ਸ਼ਕਤੀ ਕਰਕੇ, ਕਿਉਂਕਿ ਔਰਤ ਦੀ ਸ਼ਕਤੀ ਇੰਨੀ ਤੇਜ਼ ਹੁੰਦੀ ਹੈ ਕਿ ਉਹਦੀ ਸ਼ਕਤੀ ਕਰਕੇ ਉਹਦੇ ਹਸਬੈਂਡ ਨੂੰ ਕਾਫੀ ਕੁਛ ਸ਼ਕਤੀ ਮਿਲਦੀ ਹੈ। ਅਰਧਾਂਗ ਨਹੀਂ ਕਹਿੰਦੇ ਨੇ ਉਹਨੂੰ, ਅੱਧਾ ਅੰਗ ਉੱਦਾਂ ਹੀ ਹੁੰਦਾ ਹੈ। ਅਤੇ ਉਹ ਉਹਦੀ ਸ਼ਕਤੀ ਦੇ ਨਾਲ ਆਦਮੀ ਨੂੰ ਕਾਫੀ ਤਾਕਤ ਮਿਲਦੀ ਹੈ। ਅਤੇ ਪੰਜ ਪਾਂਡਵਾਂ ਦੀ ਜਿੱਤ ਹੋਵੇ ਇਸ ਕਰਕੇ ਦ੍ਰੌਪਦੀ ਨੇ ਵੀ ਵਰਤ ਰੱਖਿਆ। ਅਤੇ ਮਹਾਂਭਾਰਤ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਫਿਰ ਪੰਜ ਪਾਂਡਵਾਂ ਦੀ ਜਿੱਤ ਹੋਈ ਸੀ। ਅਤੇ ਇੱਕ ਜਿਹੜੀ ਕਹਾਣੀ ਜੋ ਅੱਜ ਕੱਲ੍ਹ ਚੱਲਦੀ ਹੈ ਉਹ ਹੈ ਵੀਰਾਵਤੀ ਦੀ ਕਹਾਣੀ। ਉਹ ਤਾਂ ਤੁਸੀਂ ਸਾਰੇ ਜਾਣਦੇ ਹੋ, ਹਰ ਕਰਵਾ ਚੌਥ ਨੂੰ ਅਸੀਂ ਮੇਨ ਇਹੀਓ ਕਹਾਣੀ ਪੜ੍ਹਦੇ ਹਾਂ। ਸੋ ਇਹ ਦਾ ਬੈਕਗਰਾਊਂਡ ਹੈ।